ਵਿਊਅਰਸ ਕੀ ਹਾਲ ਹੈ ਤੁਹਾਡਾ? ਮੈਂ ਤੇ ਤੁਸੀਂ ਬਿਲਕੁਲ ਠੀਕ ਠਾਕ ਖੈਰੀਅਤ ਨਾਲ ਹੋਵੋਗੇ। ਅੱਲਾਹ ਤਾਲਾ ਤੁਹਾਨੂੰ ਪੰਜ ਦਰਪਾ ਦੇ ਸਦਕੇ ਹਮੇਸ਼ਾ ਖੁਸ਼ ਤੇ ਬਾਦ ਤੇ ਹੱਸਦਾ ਤੇ ਮੁਸਕਰਾਉਂਦਾ ਰੱਖੇ। ਅੱਜ ਮੈਂ ਲੈ ਕੇ ਆਈ ਤੁਹਾਡੇ ਵਾਸਤੇ ਰਮਜ਼ਾਨ ਸਪੈਸ਼ਲ ਦਹੀਂ ਬੜੇ ਕੀ ਰੈਸਪੀ। ਤੇ ਚਲੋ ਰੈਸਪੀ ਨੂੰ ਸਟਾਰਟ ਕਰਨੇ ਆ। ਬਹੁਤ ਹੀ ਮਜ਼ੇਦਾਰ ਦਹੀਂ ਭੱਲੇ, ਦਹੀਂ ਭੱਲੇ ਵੀ ਕਹਿ ਲਏ, ਦਹੀਂ ਬੜੇ ਵੀ ਕਹਿ ਲਈਦੇ ਨੇ। ਅਤੇ ਜਿਹੜੀਆਂ ਚੀਜ਼ਾਂ ਮੈਂ ਵਿੱਚ ਪਾਉਣੀਆਂ ਨੇ ਉਹ ਮੈਂ ਤੁਹਾਨੂੰ ਦੱਸ ਦਿਆਂ ਕਿ ਦੋ ਆਲੂ ਮੈਂ ਉਬਾਲ ਲਏ ਸੀ, ਕੱਟ ਕਰ ਲਏ ਨੇ ਟਮਾਟਰ, ਮੈਂ ਨਾਲ ਨਾਲ ਹੀ ਤੁਹਾਨੂੰ ਦੱਸਣੀ ਆ ਰੈਸਪੀ ਨੂੰ ਸਟਾਰਟ ਕਰਦੇ। ਅਗਰ ਤੁਹਾਨੂੰ ਰੈਸਪੀ ਪਸੰਦ ਆਏ ਤਾਂ ਲਾਈਕ ਜ਼ਰੂਰ ਕਰ ਦਿਓ। ਇਹ ਵਾਲੀਆਂ ਭੱਲੀਆਂ ਨੇ, ਇਹਨਾਂ ਨੂੰ ਮੈਂ ਅੱਧਾ ਘੰਟਾ ਪਹਿਲੇ ਯਾਨੀ ਕਿ ਭੇਜ ਲਿਆ ਸੀ, ਅਤੇ ਤੁਸੀਂ ਵੇਖ ਸਕਦੇ ਹੋ ਹੁਣ ਇਹ ਗਲ ਗਈਆਂ ਨੇ। ਆਹ ਵੇਖੋ, ਅਤੇ ਅੱਧਾ ਕਿਲੋ ਆਪਣੀ ਦਹੀਂ ਹੈ, ਚਿੱਟੇ ਚਣੇ, ਕਾਲੇ ਚਣੇ, ਇਹ ਮੈਂ ਉਬਾਲਣੇ ਨੇ ਅੱਛੀ ਤਰ੍ਹਾਂ। ਸਭ ਤੋਂ ਪਹਿਲੇ ਆਪਾਂ ਇਹ ਵਾਲੇ ਚਣੇ ਪਾ ਦਿਆਂਗੇ, ਚਿੱਟੇ ਅਤੇ ਕਾਲੇ ਚਣੇ। ਐਵੇਂ ਆਪਣਾ ਬੰਦ ਗੋਭੀ, ਗ੍ਰੀਨ ਬੰਦ ਗੋਭੀ, ਇਹ ਪਰਪਲ ਬੰਦ ਗੋਭੀ, ਇਹ ਵੀ ਆਪਾਂ ਇਸ ਤਰ੍ਹਾਂ ਵਿੱਚ ਪਾ ਦਿਆਂਗੇ, ਫਲੇਵਰ ਅੱਛਾ ਹੈ ਨਾ ਇਹਨਾਂ ਦਾ ਆਉਂਦਾ। ਗਏ ਆਲੂ ਨੇ ਦੋ ਜਿਹੜੇ ਆਪਾਂ ਉਬਾਲ ਕੇ ਕੱਟ ਕਰ ਲਏ ਸੀਗੇ। ਟਮਾਟਰ ਇੱਕ ਬੜਾ ਟਮਾਟਰ ਸੀ, ਇਹ ਵੀ ਆਪਾਂ ਬਰੀਕ ਕੱਟ ਕਰ ਲਿਆ। ਪਿਆਜ਼ ਅੱਛੀ ਤਰ੍ਹਾਂ ਬਰੀਕ ਕੱਟ ਕੇ, ਅੱਛੀ ਤਰ੍ਹਾਂ ਨਮਕ ਲਗਾ ਕੇ ਮੈਂ ਧੋ ਲਿਆ ਸੀ। ਇਹ ਵੇਖੋ ਲੱਛੇਦਾਰ, ਵੇਖ ਸਕਦੇ ਤੁਸੀਂ, ਇਹ ਬਰੀਕ ਕੱਟ ਕੀਤਾ ਹੋਇਆ। ਇੱਕ ਖੀਰਾ ਵੇ, ਹਰੀਆਂ ਮਿਰਚਾਂ ਦੋ ਤਿੰਨ ਬਰੀਕ ਕੱਟੀਆਂ ਹੋਈਆਂ, ਹਰਾ ਧਨੀਆ ਬਾਅਦ ਵਿੱਚ ਪਾਉਂਦੇ ਹਾਂ। ਭੱਲੀਆਂ ਨੇ, ਇੱਥੋਂ ਆਪਾਂ ਪਹਿਲੇ ਹਾਫ ਪਾਵਾਂਗੇ। ਇਸ ਤਰ੍ਹਾਂ ਅੱਛੀ ਤਰ੍ਹਾਂ ਪਹਿਲੇ ਮਿਕਸ ਕਰ ਲਾਂਗੇ। ਦਹੀਂ ਪਾ ਦਿਆਂਗੇ ਆਪਾਂ ਇਸ ਤਰ੍ਹਾਂ। ਦਹੀਂ ਸਾਰੀ ਆਪਾਂ ਪਾ ਦਿੱਤੀ, ਅੱਧਾ ਕਿਲੋ ਦਹੀਂ ਸੀ। ਹੁਣ ਆਪਾਂ ਚਾਟ ਮਸਾਲਾ ਪਾਵਾਂਗੇ। ਚਾਟ ਮਸਾਲਾ ਇੱਕ ਚਮਚ ਹੀ ਸਮਝ ਲਓ, ਨਮਕ, ਐਵੇਂ ਹਰਾ ਧਨੀਆ ਅਤੇ ਥੋੜ੍ਹਾ ਜਿਹਾ ਪੁਦੀਨਾ, ਯਾਨੀ ਕਿ ਹਰਾ, ਇਹਦਾ ਵੀ ਫਲੇਵਰ ਬਹੁਤ ਅੱਛਾ ਹੁੰਦਾ। ਅਫਤਾਰੀ ਅਗਰ ਤੁਹਾਨੂੰ ਪਸੰਦ ਆਏ ਤਾਂ ਲਾਇਕ ਜ਼ਰੂਰ ਕਰਿਓ, ਤੁਸੀਂ ਵੀ ਜ਼ਰੂਰ ਬਣਾਇਓ ਔਰ ਟਰਾਈ ਜ਼ਰੂਰ ਕਰਿਓ। ਭੱਲੀਆਂ ਥੋੜ੍ਹੀਆਂ ਆਪਾਂ ਹੋਰ ਪਾ ਦਿਆਂਗੇ। ਹੁਣ ਆਪਾਂ ਨੇ ਇਸ ਬੋਲ 'ਚ ਪਾ ਦਿਆਂਗੇ, ਫਰਿੱਜ 'ਚ ਰੱਖ ਦਿਆਂਗੇ। ਜਿੰਨੀ ਦੇਰ ਨੂੰ ਅਫਤਾਰੀ ਹੋਣੀ, ਅਫਤਾਰੀ 'ਚ ਅਜੇ ਘੰਟਾ ਪਿਆ ਹੋਵੇ, ਉਨੀ ਦੇਰ ਨੂੰ ਨਾ ਠੰਡੇ ਹੋ ਜਾਣਗੇ। ਚਲੋ ਜੀ, ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ ਕਿੰਨੇ ਮਜ਼ੇਦਾਰ, ਰੋਜ਼ੇ ਨਾਲ ਖਾ ਤਾਂ ਸਕਦੀ ਨਹੀਂ, ਟੇਸਟ ਨਹੀਂ ਕਰਦੀ, ਮੈਂ ਅੰਦਾਜ਼ੇ ਨਾਲ ਬਣਾਏ ਨੇ, ਲੇਕਿਨ ਬਹੁਤ ਹੀ ਮਜ਼ੇਦਾਰ ਨੇ। ਛੋਟੇ ਨੂੰ ਮੈਂ ਚਖਾਏ ਨੇ ਨਮਕ ਜੇ ਉਹ ਚਾਟ ਮਸਾਲਾ ਨਾ, ਅਤੇ ਕਹਿ ਰਿਹਾ ਸੀ ਕਿ ਬਹੁਤ ਹੀ ਮਜ਼ੇਦਾਰ ਹੈ, ਅਤੇ ਉੱਪਰ ਥੋੜ੍ਹਾ ਜਿਹਾ ਆਪਾਂ ਚਾਟ ਮਸਾਲਾ ਨਾ ਇਸ ਤਰ੍ਹਾਂ ਹੋਰ ਛਿੜਕ ਦਿਆਂਗੇ। ਦੇਖ ਸਕਦੇ ਤੁਸੀਂ, ਅਗਰ ਤੁਹਾਨੂੰ ਪਸੰਦ ਆਏ ਤਾਂ ਲਾਇਕ ਜ਼ਰੂਰ ਕਰ ਦਿਓ।